ਰਾਜਵੰਤ ਰਾਜ ਦਾ ਨੋਵਲ ਉਰੋਲੇ ਦੀ ਜੂਨ ਦਾ 17ਵਾਂ ਚੈਪਟਰ ਜਾਸ ਤੇ ਪਾਲੇ ਦੀ ਮੌਤ ਦੇ ਸੋਗ ਨੇ ਕਾਫੀ ਦੇਰ ਤੱਕ ਦੀਪੇ ਤੇ ਲਾਲੀ ਨੂੰ ਆਪਣੇ ਕਲਾਵੇ ਚ ਲਈ ਰੱਖਿਆ ਉਹ ਬਥੇਰੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਧਿਆਨ ਇਸ ਪਾਸੇ ਨਾ ਜਾਵੇ ਫਿਰ ਵੀ ਵਿਛੜੀਆਂ ਰੂਹਾਂ ਦੀ ਗੱਲ ਛੇੜੀ ਪੈਂਦੀ ਤੇ ਮਾਹੌਲ ਬਧੂ ਬਧੀ ਤਰਲ ਹੋ ਜਾਂਦਾ ਚਾਰ ਪੰਜ ਮਹੀਨੇ ਦਹੀਂ ਨਿਕਲ ਗਏ ਆਖਰ ਇੱਕ ਦਿਨ ਖੁਸ਼ੀ ਦੀ ਇੱਕ ਖਬਰ ਆਈ ਲਾਲੀ ਦੇ ਮੰਮੀ ਡੈਡੀ ਨੂੰ ਕੈਨੇਡਾ ਦਾ ਸੁਪਰ ਵੀਜ਼ਾ ਮਿਲ ਗਿਆ। ਚਿਰਾਂ ਪਿੱਛੋਂ ਅੱਜ ਲਾਲੀ ਦੇ ਚਿਹਰੇ ਤੇ ਖੁਸ਼ੀ ਦੀ ਚਲਕਦੀ ਸੀ। ਉਹਨੂੰ ਖੁਸ਼ ਦੇਖ ਕੇ ਦੀਪੇ ਦਾ ਮਨ ਵੀ ਖੇੜ ਉੱਠਿਆ। ਉਹਨਾਂ ਨੇ 2 1/2 ਘੰਟੇ ਪੰਜਾਬ 'ਚ ਪ੍ਰੇਮ ਸਿੰਘ ਹੋਰ ਨਾਲ ਫੋਨ ਤੇ ਗੱਲਾਂ ਕੀਤੀਆਂ। ਲਾਲੀ ਨੇ ਉਹਨਾਂ ਨੂੰ ਇੰਡੀਆ ਤੋਂ 100 ਤਰ੍ਹਾਂ ਦੇ ਸੂਟ ਤੇ ਹੋਰ ਨਿੱਕ ਸੁੱਕ ਲਿਆਉਣ ਦੀਆਂ ਫਰਮਾਇਸ਼ਾਂ ਕੀਤੀਆਂ। ਘਰ ਦਾ ਮਾਹੌਲ ਖੁਸ਼ਗੁਵਾਰ ਹੋ ਗਿਆ। ਬੇਸਮੈਂਟ ਦੇ 2 ਕਮਰੇ ਸਨ। ਇੱਕ ਕਮਰੇ 'ਚ ਉਹ ਸੌਂਦੇ ਸਨ ਦੂਜਾ ਕਮਰਾ ਦਫ਼ਤਰ ਵਜੋਂ ਵਰਤਦੇ ਸਨ ਲਾਲੀ ਨੇ ਦਫ਼ਤਰ ਵਾਲੇ ਮੇਜ਼ ਕੁਰਸੀ ਤੇ ਕਾਗਜ਼ ਪੱਤਰ ਬਾਹਰ ਲਿਵਿੰਗ ਰੂਮ 'ਚ ਰੱਖ ਦਿੱਤੇ ਤੇ ਉਹ ਕਮਰਾ ਆਪਣੇ ਮੰਮੀ ਡੈਡੀ ਦੇ ਰਹਿਣ ਲਈ ਤਿਆਰ ਕਰ ਦਿੱਤਾ ਉਹਨਾਂ ਆਪਣੇ ਮਾਪਿਆਂ ਨੂੰ ਤਾਕੀਦ ਕੀਤੀ ਕਿ ਉਹ ਇੱਕ ਪਾਸੇ ਦੀ ਟਿਕਟ ਲੈ ਕੇ ਹੀ ਆਉਣ ਕਿਉਂਕਿ ਉਹ ਸੋਚ ਰਹੀ ਸੀ ਕਿ ਜੇ ਹੋ ਸਕਿਆ ਤੇ ਮਾਪਿਆਂ ਨੂੰ ਇੱਧਰ ਹੀ ਰੱਖ ਲਏਗੀ ਤੇ ਕਿਸੇ ਰੁਕ ਉਹਨਾਂ ਦੇ ਪੱਕੇ ਪੇਪਰ ਇੱਧਰੋਂ ਹੀ ਅਪਲਾਈ ਕਰ ਦਏਗੀ ਆਪਣੀ ਵੱਡੀ ਧੀ ਨਿੰਮੀ ਦੇ ਰਹਿਣ ਦਾ ਬੰਦੋਬਸਤ ਉਹਦੀ ਮਾਸੀ ਦੇ ਪਿੰਡ ਦਿਆਲਪੁਰ ਕਰਕੇ ਪ੍ਰੇਮ ਸਿੰਘ ਹੁਣੀ ਕੈਨੇਡਾ ਆ ਗਏ। ਲਾਲੀ ਦੇ ਘਰ ਰੌਣਕਾਂ ਲੱਗ ਗਈਆਂ। ਲਾਲੀ ਤੇ ਦੀਪੇ ਨੇ ਫੇਰ ਇੱਕ ਹਫ਼ਤੇ ਦੀਆਂ ਛੁੱਟੀਆਂ ਕਰਕੇ ਬਜ਼ੁਰਗਾਂ ਨੂੰ ਵੈਨਕੂਵਰ ਦੀਆਂ ਦਰਸ਼ਨੀ ਥਾਵਾਂ ਦਿਖਾਈਆਂ ਤੇ ਇਸ ਇਲਾਕੇ 'ਚ ਰਹਿਣ ਵਾਲੇ ਉਹਨਾਂ ਦੇ ਪਿੰਡ ਦੇਆਂ ਹੋਰ ਲੋਕਾਂ ਨੂੰ ਮਿਲਵਾਇਆ। ਇਸ ਦੌਰਾਨ ਇੱਕ ਦਿਨ ਲਾਲੀ ਦੀ ਮੰਮੀ ਕਹਿਣ ਲੱਗੀ ਪੁੱਤ ਮੇਰੀ ਇੱਕ ਕੁਲੀਗ ਦਾ ਮੁੰਡਾ ਵੀ 4 ਕਿ ਮਹੀਨੇ ਪਹਿਲਾਂ ਵਿਆਹ ਕਰਾ ਕੇ ਸਰੀ ਆਇਆ। ਉਡੀ ਕੈਨੇਡਾ ਤੋਂ ਗਈ ਸੀ ਸਾਨੂੰ ਆਉਣ ਲੱਗਿਆਂ ਨੂੰ ਉਹਦੀ ਮਾਂ ਨੇ ਫੋਨ ਨੰਬਰ ਦਿੱਤਾ ਸੀ ਵੀ ਮੇਰੇ ਮੁੰਡੇ ਨੂੰ ਜ਼ਰੂਰ ਮਿਲਿਓ ਦੀਪੇ ਨੇ ਖੁਸ਼ ਹੁੰਦੇ ਆ ਕਿ ਹਾਂ ਮੰਮੀ ਜੀ ਜੇ ਕੋਈ ਜਾਣਦਾ ਹੈ ਤਾਂ ਜ਼ਰੂਰ ਮਿਲਣਾ ਚਾਹੀਦਾ ਬੁਲਾ ਲਓ ਕਿਸੇ ਦਿਨ ਘਰ ਜਾਂ ਫਿਰ ਆਪਾਂ ਮਿਲਣ ਚੱਲੇ ਚੱਲਾਂਗੇ ਇੱਕ ਦਿਨ ਦੁਪਹਿਰੇ ਦੀਪੇ ਨੂੰ ਲਾਲੀ ਦਾ ਫੋਨ ਆਇਆ ਕਹਿਣ ਲੱਗੀ ਅੱਜ ਹੋ ਸਕਿਆ ਤਾਂ ਛੇਤੀ ਆ ਜਾਇਓ ਮੰਮੀ ਦੀ ਉਸ ਕੋਲ ਇੱਕ ਦਾ ਮੁੰਡਾ ਮਿਲਣ ਆ ਰਿਹਾ ਹੈ ਦੀਪਾ 5:30 ਵਜੇ ਤੱਕ ਘਰ ਪਹੁੰਚ ਗਿਆ ਡਰਾਈਵੇ ਇੱਕੋ ਪ੍ਰੀਕਾਰ ਖੜੀ ਦੇਖ ਕੇ ਉਹ ਸਮਝ ਗਿਆ ਕਿ ਮਹਿਮਾਨ ਆ ਚੁੱਕੇ ਹਨ ਉਹ ਅੰਦਰ ਵੜਿਆ ਤਾਂ ਇੱਕ ਮੁੰਡਾ ਸੋਫੇ ਤੇ ਬੈਠਾ ਲਾਲੀ ਦੇ ਮੰਮੀ ਡੈਡੀ ਨਾਲ ਗੱਲਾਂ ਕਰ ਰਿਹਾ ਸੀ ਦੀਪੇ ਨੇ ਸਸੀਕਲ ਬੁਲਾਈ ਤਾਂ ਪ੍ਰਕਾਸ਼ ਕੌਰ ਨੇ ਜਾਣ ਪਛਾਣ ਕਰਾਉਂਦੀਆਂ ਕਿ ਦੀਪੇ ਪੁੱਤ ਸੁਖਿੰਦਰ ਹੈ ਇਹਦੀ ਮੰਮੀ ਤੇ ਮੈਂ ਇੱਕੋ ਸਕੂਲ ਲਈ ਪੜਾਉਂਦੇ ਸੀ ਦੀਪੇ ਨੇ ਹੱਸ ਕੇ ਸਸੀਕਲ ਬੁਲਾਈ ਤੇ ਪੁੱਛਿਆ ਇਕੱਲੇ ਆਏ ਹੋ ਵਾਈਫ ਨਹੀਂ ਆਈ ਨਾਲ ਇਸ ਤੋਂ ਪਹਿਲਾਂ ਕਿ ਮੁੰਡਾ ਕੋਈ ਜਵਾਬ ਦਿੰਦਾ ਪ੍ਰਕਾਸ਼ ਕੌਰ ਪਹਿਲਾਂ ਹੀ ਬੋਲ ਪਈ ਆਈਆ ਬਹੂ ਵੀ ਕਿ ਚੰਚਾ ਲਾਲੀ ਕੋਲ ਚਾਹ ਪਾਣੀ ਬਣਾਉਂਦੀਆਂ ਦੋਵੇਂ ਨਨਾਨ ਪਰਜਾਈ ਦੀਪਾ ਬੈਠ ਕੇ ਆ ਸੋਚਣ ਲੱਗ ਪਿਆ ਕਿ ਸਾਡੇ ਪੰਜਾਬੀਆਂ ਦੇ ਸੁਭਾਅ ਕਿੰਨੇ ਖੁੱਲੇ ਡੁੱਲੇ ਨੇ ਅਸੀਂ ਝੱਟ ਹੀ ਰਿਸ਼ਤੇ ਗੰਢ ਲੈਨੇ ਆ ਝੱਟ ਪ੍ਰਕਾਸ਼ ਕਰਨੇ ਆਪਣੇ ਕੁਲੀਗ ਦੇ ਮੁੰਡੇ ਨੂੰ ਆਪਣੇ ਮੁੰਡੇ ਦੀ ਥਾਂ ਰੱਖ ਕੇ ਉਹਦੀ ਪਤਨੀ ਨੂੰ ਲਾਲੀ ਦੀ ਪਰਜਾਈ ਐਲਾਨ ਕਰ ਦਿੱਤਾ ਫਿਰ ਦੀਪਾ ਸੁਖਿੰਦਰ ਨਾਲ ਕੰਮਕਾਰ ਤੇ ਹੋਰ ਆਲੇ ਦੋਲੇ ਦੀਆਂ ਗੱਲਾਂ ਕਰਨ ਲੱਗ ਪਿਆ ਇੰਨੀ ਚੇਰ ਨੂੰ ਲਾਲੀ ਤੇ ਸੁਖਿੰਦਰ ਦੀ ਪਤਨੀ ਚਾਹ ਲੈ ਕੇ ਲਿਵਿੰਗ ਰੂਮ ਚ ਆਈਆਂ ਲਾਲੀ ਦੇ ਹੱਥ ਚ ਮਠਿਆਈ ਤੇ ਸਮੋਸਿਆਂ ਵਾਲੀਆਂ ਪਲੇਟਾਂ ਸਨ ਜਦਕਿ ਦੂਜੀ ਕੁੜੀ ਨੇ ਚਾਹ ਦੇ ਕੱਪਾਂ ਵਾਲੀ ਟਰੇ ਫੜੀ ਹੋਈ ਸੀ ਦੀਪੇ ਨੇ ਸੁਖਿੰਦਰ ਦੀ ਪਤਨੀ ਨੂੰ ਹੱਥ ਜੋੜ ਕੇ ਰਸਮੀ ਸასი ਕਲ ਬੁਲਾਈ ਜਦੋਂ ਨੇ ਧਿਆਨ ਨਾਲ ਕੁੜੀ ਦੇ ਚਿਹਰੇ ਵੱਲ ਦੇਖਿਆ ਤੋ ਹੈਰਾਨ ਰਹਿ ਗਿਆ ਇਹ ਤਾਂ ਕਿਰਨ ਸੀ ਗੋਪਾਲ ਸਿੰਘ ਦੀ ਭਾਣ ਜੀ ਤੇ ਜੈਸ ਦੀ ਭੂਆ ਦੀ ਕੁੜੀ ਕਿਰਨ ਦੀਪੇ ਦੇ ਦਿਮਾਗ 'ਚ ਕਈ ਸਾਲ ਪਹਿਲਾਂ ਲੰਗੀ ਹੋਈ ਉਹ ਰਾਤ ਘੁੰਮ ਗਈ ਜਦੋਂ ਇਹੀ ਕਿਰਨ ਅੱਧੀ ਰਾਤ ਵੇਲੇ ਆਪਣੇ ਮਾਮੇ ਦੇ ਮੁੰਡੇ ਕੈਲ ਦੇ ਕਮਰੇ ਅੰਦਰੋਂ ਅਧ ਨੰਗੇ ਜੀ ਹਾਲਤ 'ਚ ਨਿਕਲੀ ਸੀ ਫਿਰ ਇਸੇ ਕੁੜੀ ਨੇ ਜੈਸ ਤੇ ਮਾਮੇ ਦੀ ਕੁੜੀ ਰੀਤਾ ਨਾਲ ਰਲ ਕੇ ਦੀਪੇ ਖਿਲਾਫ ਸਾਜ਼ਿਸ਼ ਕੀਤੀ ਸੀ ਤੇ ਉਹਨੂੰ ਗੋਪਾਲ ਸਿੰਘ ਦੇ ਘਰੋਂ ਕਢਾਇਆ ਸੀ ਇੱਧਰ ਦੀਪੇ ਨੂੰ ਸਾਹਮਣੇ ਬੈਠਾ ਦੇਖ ਕੇ ਕਿਰਨ ਦੇ ਖਾਨੇ ਨੂੰ ਗਈ ਉਹਦਾ ਚਿਹਰਾ ਪੀਲਾ ਭੂਖ ਹੋ ਗਿਆ ਉਹਦੇ ਹੱਥਾਂ 'ਚ ਫੜੀ ਹੋਈ ਚਾਹ ਦੀ ਟ੍ਰੇ ਕੰਬਣ ਲੱਗ ਪਈ ਉਨੇ ਸਿਰ ਹਿਲਾ ਕੇ ਦੀਪੇ ਦੀ ਸਤਿਕਾਰ ਨਾਲ ਜਵਾਬਤਾ ਦੇ ਦਿੱਤਾ ਪਰ ਉਹਨੂੰ ਹੁਣ ਲਿਵਿੰਗ ਰੂਮ ਵਿੱਚਲਾ ਆਲਾ ਦਵਾਲਾ ਪਾਰਾ ਪਾਰਾ ਲੱਗਣ ਲੱਗ ਪਿਆ ਦੀਪੇ ਨੂੰ ਚਾਹ ਫੜਾਉਣ ਲੱਗੇ ਆ ਉਹਦੀਆਂ ਅੱਖਾਂ 'ਚ ਇੱਕ ਤਰਲਾ ਜਿਹਾ ਸਾਫ਼ ਦਿਸ ਰਿਹਾ ਸੀ ਦੀਪਾ ਇੱਕ ਵਾਰ ਫੇਰ ਉਹਨਾਂ ਸਮਿਆਂ 'ਚ ਭਰਤ ਗਿਆ ਉਹਨੂੰ ਕਿਰਨ ਤੇ ਰੀਤਾ ਲੰਗਾਰਾ ਕਾਲਜ 'ਚ ਨਿਕਲ ਕੇ ਕੈਲ ਦੀ ਗੱਡੀ 'ਚ ਬੈੰਦੀਆਂ ਨਜ਼ਰ ਆਈਆਂ ਫਿਰ ਉਹਨੇ ਕਿਰਨ ਵੱਲ ਧਿਆਨ ਨਾਲ ਦੇਖਿਆ ਤਉਨੂੰ ਅੱਜ ਵਾਲੀ ਤੇ ਪੁਰਾਣੀ ਕਿਰਨ 'ਚ ਕਾਫੀ ਫਰਕ ਨਜ਼ਰ ਆਇਆ ਉਸ ਵੇਲੇ ਕਿਰਨ ਦਾ ਸਰੀਰ ਹਲਕਾ ਸੀ ਚਿਹਰੇ ਤੇ ਬਚਪਨਾ ਸੀ ਪਰ ajo ਦਾ ਸਰੀਰ ਭਰਿਆ ਭਰਿਆ ਲੱਗ ਰਿਹਾ ਸੀ ਤੋ ਇੱਕ ਸੁਗੜ ਸਿਆਣੀ ਨਵਿਆਈ ਕੁੜੀ ਲੱਗ ਰਹੀ ਸੀ ਕਿਰਨ ਆਪਣੇ ਵੱਲੋਂ ਪੂਰੀ ਟੌਰ ਕੱਢ ਕੇ ਆਈ ਸੀ ਉਹ ਵਿਚਾਰੀ ਨੂੰ ਕੀ ਪਤਾ ਸੀ ਕਿ ਉਹ ਦੀਪੇ ਦੇ ਘਰ ਜਾ ਰਹੀ ਹੈ ਹਲਕੇ ਨੀਲੇ ਰੰਗ ਦਾ ਸੂਟ ਉਹਦੇ ਗੋਰੇ ਰੰਗ ਨਾਲ ਬਹੁਤ ਹੀ ਫੱਬ ਰਿਹਾ ਸੀ ਦੀਪਾ ਹਲੇ ਬੀਤੇ ਨੂੰ ਹੰਗਾਲੀ ਰਿਹਾ ਸੀ ਕਿ ਪ੍ਰਕਾਸ਼ ਕੌਰ ਨੇ ਗੱਲ ਸ਼ੁਰੂ ਕੀਤੀ ਆਪਣੀ ਕਿੰਮੀ ਵੀ ਪਹਿਲਾਂ ਸਟੂਡੈਂਟ ਦੇ ਤੌਰ ਤੇ ਆਈ ਸੀ ਕੌਣ ਕਿੰਮੀ ਮੰਮੀ ਦੀਪੇ ਨੇ ਪ੍ਰਕਾਸ਼ ਕੌਰ ਨੂੰ ਸਵਾਲ ਕੀਤਾ ਆ ਆਪਣੀ ਬਹੂ ਇਹਦਾ ਪੂਰਾ ਨਾਂ ਕਿਰਨਜੀਤ ਕਿਰਨਮੀਤ ਹੈ ਪੇਕਿਆਂ ਵਾਲੇ ਇਹਨੂੰ ਕਿਰਨ ਬੁਲਾਉਂਦੇ ਸੀ ਤੇ ਸੌਰਿਆਂ ਵਾਲੇ ਇਹਨੂੰ ਸਾਰੇ ਕਿੰਮੀ ਸਾਦੇ ਨੇ ਪ੍ਰਕਾਸ਼ ਕੌਰ ਨੇ ਕਿਰਨ ਵੱਲ ਇਸ਼ਾਰਾ ਕਰਦਿਆਂ ਕਿਹਾ ਪਰ ਮੈਨੂੰ ਤਾਂ ਕਿਰਨ ਨਾ ਹੀ ਸੋਹਣਾ ਲੱਗਦਾ ਲਾਲੀ ਨੇ ਚੱਲਦੀ ਗੱਲ 'ਚ ਹੰਗਾਰਾ ਦਿੱਤਾ ਕਿੰਮੀ ਜੀ ਤੁਸੀਂ ਕਿੱਥੇ ਪੜ੍ਹਦੇ ਸੀ ਦੀਪੇ ਨੇ ਬਿਲਕੁਲ ਅਨਜਾਨ ਬਣਦਿਆਂ ਸਵਾਲ ਕੀਤਾ ਦੀਪੇ ਦਾ ਸਵਾਲ ਸੁਣ ਕੇ ਕਿਰਨ ਨੂੰ ਇੱਕ ਵਾਰ ਬੜੀ ਹੈਰਾਨੀ ਨਾਲ ਉਸ ਵੱਲ ਤੱਕਿਆ ਤੇ ਫਿਰ ਕਹਿਣ ਲੱਗੀ ਜੀ ਮੈਂ ਲੰਗਾਰਾ ਕਾਲਜ ਤੋਂ ਫਾਈਨ ਆਰਟਸ ਦਾ ਕੋਰਸ ਕੀਤਾ ਸੀ ਦੀਪੇ ਨੇ ਸਵਾਲ ਜਾਣ ਬੁੱਝ ਕੇ ਕੀਤਾ ਸੀ ਤਾਂ ਕਿ ਕਿਰਨ ਨੂੰ ਇਹ ਪਤਾ ਲੱਗ ਜਾਏ ਕਿ ਉਹਦੀ ਪੁਰਾਣੀ ਰਾਜ਼ ਖੋਲਣ ਦੀ ਕੋਈ ਮਨਸ਼ਾ ਨਹੀਂ ਹੈ ਕਿਰਨ ਵੀ ਝਾਟੇ ਤਾੜ ਗਈ ਕਿ ਦੀਪਾ ਉਹਦੇ ਪਤੀ ਦੇ ਸਾਹਮਣੇ ਜਾਣ ਬੁੱਝ ਕੇ ਉਹ ਤੋਂ ਅਣਜਾਣ ਬਣ ਰਹੀ ਹੈ ਉਹਨੂੰ ਅੰਦਰੋਂ ਅੰਦਰ ਹੀ ਕੁਝ ਤਰਵਾਸ ਤੇ ਆ ਗਿਆ ਇਸ ਵਿਚਾਰੀ ਨਾਲ ਵੀ ਬਹੁਤ ਬੁਰੀਆਂ ਹੋਈਆਂ ਤੇਰੇ ਆਉਣ ਤੋਂ ਪਹਿਲਾਂ ਸੁਣਾ ਕੇ ਹਟੀਆਂ ਕਹਿੰਦੀ ਪਈ ਮਾਮੇ ਦੇ ਘਰ ਆਈ ਸੀ ਵੈਨਕੂਵਰ ਮਾਮਾ ਤਾਂ ਠੀਕ ਸੀ ਪਰ ਮਾਮੀਏ ਨੂੰ ਪਸੰਦ ਨਹੀਂ ਸੀ ਕਰਦੀ ਉਹਨੇ ਲੜ ਕੇ ਦਾ ਸਮਾਨ ਚੁੱਕ ਕੇ ਘਰੋਂ ਬਾਹਰ ਮਾਰਿਆ ਵਿਚਾਰੀ ਨੇ ਆਪਣੇ ਦੋਸਤਾਂ ਕੋਲੋਂ ਮਦਦ ਲੈ ਲੈ ਬੜੇ ਔਖੇ ਦਿਨ ਕੱਟੇ ਆ ਮਾਪਿਆਂ ਤੋਂ ਦੂਰ ਰਹਿ ਕੇ ਇਟ ਹੈ ਜਾਣੀਆਂ ਪੜ੍ਹਾਈਆਂ ਕਰਨੀਆਂ ਵੀ ਕਿਹੜਾ ਸੌਖੀਆਂ ਪ੍ਰਕਾਸ਼ਕੌਰ ਨੇ ਹਮਦਰਦੀ ਭਰੀਆਂ ਨਜ਼ਰਾਂ ਨਾਲ ਕਿਰਨ ਵੱਲ ਤੱਕਦੇ ਆ ਕਿਹਾ ਅੱਛਾ ਮੰਮੀ ਜੀ ਫੇਰ ਤਾਂ ਬੜੀ ਮਾੜੀ ਹੋਈ ਇਹਨਾਂ ਨਾਲ ਅੱਜਕੱਲ ਸਾਊ ਬੰਦੇ ਬੰਦਿਆਂ ਨੂੰ ਤਾਂ ਲੋਕ ਜੀਣ ਹੀ ਨਹੀਂ ਦਿੰਦੇ ਕਿੰਮੀ ਜੀ ਜਦੋਂ ਮੰਮੀ ਨੇ ਤੁਹਾਨੂੰ ਕੱਢ ਦਿੱਤਾ ਤਾਂ ਉਸ ਤੋਂ ਬਾਅਦ ਮੰਮੀ ਨੇ ਕੋਈ ਕੰਟੈਕਟ ਨਾ ਕੀਤਾ ਤੁਹਾਡੇ ਨਾਲ ਜਾਂ ਫਿਰ ਇੰਡੀਆ ਤੋਂ ਤੁਹਾਡੇ ਮੰਮੀ ਡੈਡੀ ਨੇ ਖਬਰ ਨਾ ਲਈ ਮੰਮੀ ਮੰਮੀ ਦੀ ਦੀਪੇ ਨੇ ਕਿਰਨ ਵੱਲ ਦੇਖਦੇ ਆਂ ਭੋਲੇ ਜੇ ਬਣ ਕੇ ਕਿਆ ਨਹੀਂ ਮਾਮਾ ਜੀ ਤਾਂ ਮੁੜ ਕੇ ਬੁਲਾਉਂਦੇ ਰਹੇ ਪਰ ਮੈਂ ਹੀ ਨਹੀਂ ਗਈ ਇਹ ਕਹਿੰਦੇ ਆਂ ਕਿਰਨ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਉਸ ਕੋਲੋਂ ਦੀਪੇ ਦੇ ਸਾਹਮਣੇ ਝੂਠ ਬੋਲਣਾ ਬਹੁਤ ਔਖਾ ਹੋ ਰਿਹਾ ਸੀ ਦੀਪਾ ਤਾਂ ਜਾਣਦਾ ਸੀ ਕਿ ਹੰਝੂ ਕਿਉਂ ਵਹਿ ਰਹੇ ਹਨ ਪਰ ਬਾਕੀ ਸਾਰਿਆਂ ਨੂੰ ਲੱਗ ਰਿਹਾ ਸੀ ਵੀ ਕੁੜੀ ਆਪਣੇ ਪੁਰਾਣੇ ਵੇਲੇ ਨੂੰ ਯਾਦ ਕਰਕੇ ਰੋ ਰਹੀ ਹੈ ਦੀਪਾ ਹੈਰਾਨ ਸੀ ਕਿ ਕੁੜੀ ਸਭ ਦੇ ਸਾਹਮਣੇ ਕਿੰਨੀ ਸਫਾਈ ਨਾਲ ਝੂਠ ਬੋਲੀ ਜਾ ਰਹੀ ਹੈ ਉਹਨੇ ਗੱਲ ਨੂੰ ਹੋਰ ਵਧਾਉਣਾ ਮੁਨਾਸਬ ਨਾ ਸਮਝਿਆ ਤੇ ਕਹਿਣ ਲੱਗਾ ਚਲੋ ਛੱਡੋ ਕਿੰਮੀ ਜੀ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣਾ ਤੁਹਾਡੇ ਆਪਣੇ ਹੱਥ ਹੈ ਆਪਣਾ ਗ੍ਰਸਥ ਧਰਮ ਨਿਭਾਓ ਤੇ ਰਾਜੀ ਖੁਸ਼ੀ ਰੋ ਉਸ ਰਾਤ ਸੌਣ ਲੱਗਿਆਂ ਲਾਲੀ ਬੜਾ ਖੁਭਕੇ ਦੀਪੇ ਤੋਂ ਪੁੱਛਣ ਲੱਗੀ ਮੈਂ ਕਿਹਾ ਸੋਹਣੋ ਕਿੱਦਾਂ ਦੀ ਲੱਗੀ ਮੇਰੀ ਭਾਬੀ ਮਾਲਕੋ ਹੁਣ ਜੇ ਉਹ ਤੁਹਾਡੀ ਪਰਜਾਈ ਬਣੀ ਗਈ ਹੈ ਤੇ ਫਿਰ ਮਾੜੀ ਤਾਂ ਹੋ ਹੀ ਨਹੀਂ ਸਕਦੀ ਦੀਪੇ ਨੇ ਲਾਲੀ ਦੀ ਗੱਲ ਗੱਲ ਤੇ ਚੁੰਡੀ ਪਰਦੇ ਅੰਕਿਆ ਐਈ ਆ ਫਿਰ ਸੋਹਣੇ ਅਰਗੀ ਪਰਜਾਈ ਆ ਮੇਰੀ ਵਿਚਾਰੀ ਉੱਠ ਕੇ ਮੇਰੇ ਨਾਲ ਚਾਹ ਪਾਣੀ ਬਣਵਾਉਣ ਆਈ ਸੁਭਾਅ ਵੀ ਬਹੁਤ ਵਧੀਆ ਹੈ ਮੈਨੂੰ ਤਾਂ ਚਾਹ ਹੀ ਬੜਾ ਚੱਲ ਮੇਰੇ ਨਾਲ ਗੱਲਬਾਤ ਕਰਨ ਲਈ ਕੋਈ ਸਹੇਲੀ ਦਾ ਟੱਕਰੀ ਕੋਈ ਤਾਂ ਮਿਲਿਆ ਜਿਸ ਨਾਲ ਆਪਣਾ ਢਿੱਡ ਫੋਲਿਆ ਜਾ ਸਕੇ ਨਾਲੇ ਉਹਦਾ ਵੀ ਆਪਣੇ ਨੇੜੇ ਹੀ ਰਹਿੰਦੀ ਐ ਤੁਹਾਡੇ ਆਉਣ ਤੋਂ ਪਹਿਲਾਂ ਪੁੱਛਦੀ ਸੀ ਕਿ ਭਾਜੀ ਕੀ ਕਰਦੇ ਐ ਮੈਂ ਦੱਸਿਆ ਕਿ ਸਾਡਾ ਆਪਣਾ ਕੰਸਟਰਕਸ਼ਨ ਦਾ ਕੰਮ ਆ ਕਹਿੰਦੀ ਸਾਡਾ ਕੋਈ ਰਿਸ਼ਤੇਦਾਰ ਕੰਮ ਲੱਭ ਰਿਹਾ ਐ ਮੈਂ ਤੁਹਾਡਾ ਫੋਨ ਦੇ ਦਿੱਤਾ ਕਿ ਉਹ ਆਪੇ ਤੁਹਾਡੇ ਨਾਲ ਗੱਲ ਕਰ ਲਵੇ ਲਾਲੀ ਖੁਸ਼ੀ ਦੇ ਆਲਮ ਚਾਪ ਮੁਹਾਰੇ ਬੋਲੀ ਜਾ ਰਹੀ ਸੀ ਦੀਪਾ ਇਸ ਸ਼ਸ਼ੋਪੰਚ ਸੀ ਕਿ ਲਾਲੀ ਨੂੰ ਕਿਰਨ ਬਾਰੇ ਕੁਝ ਦੱਸੇ ਜਾਂ ਨਾ ਉੰਜਵੀ ਕਿਰਨ ਹੁਣ ਵਿਆਹੀ ਹੋਈ ਸੀ ਬਚਪਨੇ 'ਚ ਇਨਸਾਨ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਹੁਣ ਤਾਂ ਉਹ ਇੱਕ ਸਿਆਣੀ ਔਰਤ ਵਾਂਗ ਵਿਚਰ ਰਹੀ ਸੀ ਆਪਣੇ ਅਤੀਤ ਦਾ ਪਰਛਾਵਾਂ ਆਪਣੇ ਵਰਤਮਾਨ ਦੇ ਪੈਨ ਦੇ ਡਰੋਂ ਉਹ ਝੂਠ ਤਾਂ ਬੋਲ ਗਈ ਸੀ ਪਰ ਇਹ ਤਾਂ ਮਜਬੂਰੀ 'ਚ ਬੋਲਿਆ ਗਿਆ ਝੂਠ ਸੀ ਜੇ ਉਹ ਲਾਲੀ ਨੂੰ ਕਿਰਨ ਦੇ ਅਤੀਤ ਬਾਰੇ ਦੱਸਣ ਦਾ ਤਾਂ ਇਹਦੇ ਦੋ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਇੱਕ ਤਾਂ ਇਹ ਵੀ ਲਾਲੀ ਇਹ ਗੱਲ ਆਪਣੀ ਮੰਮੀ ਕੋਲ ਕਰ ਦੋ ਤੇ ਮੰਮੀ ਅੱਗੋਂ ਆਪਣੀ ਕੁਲੀਕ ਕੋਲ ਇਸ ਤਰ੍ਹਾਂ ਕਿਰਨ ਵਿਚਾਰੀ ਦਾ ਘਰ ਪੱਟਿਆ ਜਾ ਸਕਦਾ ਹੈ ਦੂਜਾ ਇਹ ਵੀ ਲਾਲੀ ਨੂੰ ਮਸੀਮਸੀ ਇੱਕ ਹਮ ਉਮਰ ਸਹੇਲੀ ਲੱਭੀ ਹੈ ਜਿਸ ਕਰਕੇ ਲੋੜੇ ਦੀ ਖੁਸ਼ ਹੋਈ ਪਈ ਹੈ ਦੀਪਾ ਨੂੰ ਹਕੀਕਤ ਦੱਸ ਕੇ ਉਹਦਾ ਮਣਾ ਮੂਹੀ ਚਾ ਖੋਣਾ ਨਹੀਂ ਸੀ ਚਾਉਂਦਾ ਆਖਰ ਉਹਨੇ ਫੈਸਲਾ ਕੀਤਾ ਕਿ ਕਿਰਨ ਦੇ ਅਤੀਤ ਬਾਰੇ ਉਹ ਆਪਣਾ ਮੂੰਹ ਬੰਦ ਹੀ ਰੱਖੇ ਤਾਂ ਬਿਹਤਰ ਹੈ ਇਸ ਤੋਂ ਦੋ ਦਿਨ ਮਗਰੋਂ ਦੁਪਹਿਰੇ ਜਦੋਂ ਦੀਪਾ ਕੰਮ ਤੇ ਸੀ ਤਾਂ ਉਹਦੇ ਫੋਨ ਦੀ ਘੰਟੀ ਵੱਜੀ ਉਨੇ ਸਕਰੀਨ ਉੱਤੇ ਜਦੋਂ ਇੱਕ ਉਪਰਾਜਨ ਨੰਬਰ ਦੇਖਿਆ ਤਾਂ ਉਹਦੇ ਮਨ 'ਚੋਂ ਆਵਾਜ਼ ਆਈ ਕਿ ਜ਼ਰੂਰ ਇਹ ਨੰਬਰ ਕਿਰਨ ਦਾ ਹੀ ਹੋਏਗਾ ਸੱਚਮੁੱਚ ਇਹ ਕਿਰਨ ਦੀ ਹੀ ਕਾਲ ਸੀ ਰਸਮੀ ਸਸੀ ਕਾਲ ਤੋਂ ਬਾਅਦ ਕਿਰਨ ਨੇ ਗੱਲ ਸ਼ੁਰੂ ਕੀਤੀ ਦੀਪ ਕੱਲ ਜੋ ਤੁਸੀਂ ਕੀਤਾ ਉਸ ਲਈ ਥੈਂਕ ਯੂ ਵੈਰੀ ਮੱਚ ਮੈਂ ਉਦਾਂ ਇਹਦੀ ਹੱਕਦਾਰ ਤਾਂ ਨਹੀਂ ਫਿਰ ਵੀ ਮੈਂ ਤੇ ਰੀਤਾ ਨੇ ਜੋ ਤੁਹਾਡੇ ਨਾਲ ਕੀਤਾ ਮੈਂ ਉਹਦੀ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਅਸਲ 'ਚ ਉਦੋਂ ਅਸੀਂ ਜੋ ਵੀ ਕਰਦਿਆਂ ਸੀ ਉਹ ਸਾਡੇ ਕੋਲੋਂ ਕਹਿ ਲ ਹੀ ਕਰਾਉਂਦਾ ਸੀ ਅਸੀਂ ਦੋਵੇਂ ਨਿਆਣੀਆਂ ਸੀ ਬੇਵਕੂਫ ਸੀ ਦੀਪ ਤੂੰ ਬਹੁਤ ਹੀ ਚੰਗਾ ਰੱਬ ਤੈਨੂੰ ਦੁਨੀਆ 'ਚ ਸਭ ਖੁਸ਼ੀਆਂ ਦੇਵੇ ਕਿਰਨ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੋੜਾਏ ਤਾਂ ਉਹਨੂੰ ਭੁੱਲਿਆ ਨਾ ਜਾਣੀਏ ਮੈਂ ਤਾਂ ਕਿਸੇ ਵੈਰੀ ਦੁਸ਼ਮਣ ਦਾ ਵੀ ਨੁਕਸਾਨ ਨਹੀਂ ਕਰ ਸਕਦਾ ਤੇਰਾ ਕੀ ਕਰਨਾ ਮੇਰੇ ਵੱਲੋਂ ਕੋਈ ਚਿੰਤਾ ਨਾ ਕਰੀ ਸੱਚ ਤੈਨੂੰ ਜੈਸਦਾ ਤਾਂ ਪਤਾ ਲੱਗਾ ਹੀ ਹੋਣਾ ਉਹ ਵਿਚਾਰੀ ਭਰ ਜਵਾਨੀ 'ਚ ਤੁਰ ਗਈ ਦੀਪੇ ਨੇ ਸੋਚ ਭਰੀ ਆਵਾਜ਼ ਚ ਕਿਹਾ ਹਾਂ ਦੀਪ ਮੈਨੂੰ ਇੰਡੀਆ ਤੋਂ ਆਪਣੇ ਮੰਮੀ ਡੈਡੀ ਕੋਲੋਂ ਪਤਾ ਲੱਗਾ ਸੀ ਜੈਸ ਬਹੁਤ ਹੀ ਚੰਗੀ ਕੁੜੀ ਸੀ ਮੈਂ ਰੀਟਾ ਨੂੰ ਫੋਨ ਕੀਤਾ ਸੀ ਪਰ ਅਸੀਂ ਗਈਆਂ ਨਹੀਂ ਅਸੀਂ ਭਲਕੀ ਮੂੰਹ ਲੈ ਕੇ ਜਾਂਦੀਆਂ ਉੱਥੇ ਪਛਤਾਵਿਆਂ ਦੇ ਸਮੁੰਦਰ ਚ ਗੋਤੇ ਖਾਂਦੀ ਕਿਰਨ ਨਹੀਂ ਗਿਆ ਰੀਟਾ ਕੀ ਕਰਦੀ ਹੁੰਦੀ ਹੈ ਅੱਜਕੱਲ ਦੋ ਹਫ਼ਤੇ ਪਹਿਲਾਂ ਇੰਡੀਆ ਗਈ ਆ ਸ਼ਾਇਦ ਵਿਆਹ ਕਰਾ ਕੇ ਆਵੇ ਚਲੋ ਰਾਜ਼ੀ ਖੁਸ਼ੀ ਰਹੂ ਆਪੋ ਆਪਣੇ ਘਰ ਸੱਚ ਮੈਂ ਇੱਕ ਗੱਲ ਕਹਿਣੀ ਆ ਕਿਰਨ ਲਾਲੀ ਨੂੰ ਤੇਰਾ ਸੁਭਾਅ ਬਹੁਤ ਪਸੰਦ ਆਇਆ ਉਹਨੂੰ ਚਾਅ ਹੈ ਕਿ ਉਹਨੂੰ ਇੱਥੇ ਕੋਈ ਸਹੇਲੀ ਮਿਲ ਗਈ ਹੈ ਮੈਂ ਉਹਨੂੰ ਅਤੀਤ ਬਾਰੇ ਕੁਝ ਨਹੀਂ ਦੱਸਿਆ ਤੂੰ ਵੀ ਇਸ ਗੱਲ ਦਾ ਖਿਆਲ ਰੱਖੀ ਮੈਂ ਤਾਂ ਉਦੋਂ ਵੀ ਤੁਹਾਨੂੰ ਭੈਣਾ ਵਾਂਗਰੀ ਸਮਝਿਆ ਸੀ ਤੇ ਅੱਜ ਵੀ ਮੇਰੇ ਦਿਲ 'ਚ ਤੁਹਾਡੇ ਲਈ ਉਹੀ ਫੀਲਿੰਗ ਹੈ ਮੈਨੂੰ ਆਸ ਹੈ ਤੂੰ ਇਸ ਰਿਸ਼ਤੇ ਦੀ ਇੱਜ਼ਤ ਰੱਖੇਂਗੀ ਇਹ ਕਹਿੰਦੀਆਂ ਦੀਪਕ ਕੁਝ ਭਾਵੁਕ ਜਿਹਾ ਹੋ ਗਿਆ ਦੀਪ ਮੈਂ ਪਾਪਣਾ ਤੁਹਾਡੀ ਭੈਣ ਕੋ ਹੋਣ ਦੇ ਵੀ ਕਾਬਿਲ ਨਹੀਂ ਹਾਂ ਮੈਂ ਤਾਂ ਜੈਸ ਤੇ ਪੈਰਾਂ ਵਰਗੀ ਵੀ ਨਹੀਂ ਉਹੀ ਤੁਹਾਡੀ ਸੱਚੀ ਭੈਣ ਸੀ ਮੈਂ ਆਪਣੀ ਜ਼ਿੰਦਗੀ 'ਚ ਤੁਹਾਡੇ ਵਰਗਾ ਦੇਵਤਾ ਇਨਸਾਨ ਨਹੀਂ ਦੇਖਿਆ ਮੈਂ ਲਾਲੀ ਨੂੰ ਕਦੇ ਵੀ ਕੁਝ ਨਹੀਂ ਦੱਸਦੀ ਮੈਂ ਉਹਦੀ ਸੱਚੀ ਸਹੇਲੀ ਬਣਾਂਗੀ ਤੁਹਾਡਾ ਤੇ ਲਾਲੀ ਦਾ ਕੁਝ ਬੁਰਾ ਸੋਚਣ ਤੋਂ ਪਹਿਲਾਂ ਰੱਬ ਮੈਨੂੰ ਮੌਤ ਦੇ ਦੇਵੇ ਇਹ ਕਹਿੰਦਿਆਂ ਕਿਰਨ ਸੱਚਮੁੱਚ ਰੋ ਪਈ ਚੱਲ ਹੁਣ ਰੋ ਨਾ ਰਾਜੀ ਰਹਿ ਕਦੀ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਆਪਣਾ ਆਪਣੇ ਭਰਾ ਦਾ ਘਰ ਸਮਝ ਕੇ ਆ ਜਾਈਂ ਓਕੇ ਚਲੋ ਆਪਾਂ ਫੇਰ ਗੱਲ ਕਰਾਂਗੇ ਬਾਏ ਇਹ ਕਹਿੰਦੇ ਆ ਦਿਪੇ ਨੇ ਫੋਨ ਕੱਟ ਦਿੱਤਾ ਇਸ ਵਿੱਚ ਉਹ ਜ਼ਿੰਦਗੀ ਫੇਰ ਆਪਣੇ ਚਾਲੇ ਰੁੜ ਪਈ ਲਾਲੀ ਦੇ ਡੈਡੀ ਨੂੰ ਸਰੀ ਦਾ ਇੱਕ ਮਠਿਆਈਆਂ ਬਣਾਉਣ ਵਾਲੀ ਦੁਕਾਨ 'ਚ ਹੈਲਪਰ ਦੇ ਤੌਰ ਤੇ ਕੰਮ ਲੱਭ ਪਿਆ ਦੁਕਾਨ ਵਾਲਾ ਉਹਨੂੰ 10 ਡਾਲਰ ਘੰਟੇ ਦੇ ਹਿਸਾਬ ਨਾਲ ਨਕਦੀ ਦੇ ਦਿੰਦਾ ਸੀ ਕਿਉਂਕਿ ਉਹ ਕਾਨੂੰਨੀ ਤੌਰ ਤੇ ਕੈਨੇਡਾ 'ਚ ਕੰਮ ਨਹੀਂ ਸੀ ਕਰ ਸਕਦਾ ਲਾਲੀ ਦੀ ਮੰਮੀ ਘਰ ਹੀ ਰਹਿੰਦੀ ਉਹ ਸਵੇਰੇ ਘਰ ਦੇ ਨੇੜੇ ਪੈਂਦੇ ਗੁਰਦੁਆਰੇ ਚਲੀ ਜਾਂਦੀ ਉੱਥੇ 2 ਘੰਟੇ ਸੇਵਾ ਕਰਦੀ ਉਹਨੇ ਗੁਰਦੁਆਰੇ ਕਈ ਸਿਆਣੀਆਂ ਔਰਤਾਂ ਨਾਲ ਸੇਲ ਪੁਣਾ ਗੰਢ ਲਿਆ ਸੀ ਇਸ ਤੋਂ ਲਾਵਾ ਉ ਲਾਲੀ ਦੀ ਗੈਰ ਹਾਜ਼ਰੀ ਚ ਕਿਚਨ ਦਾ ਕੰਮ ਸੰਭਾਲਦੀ ਸਮਾਂ ਉੱਡਦਾ ਗਿਆ ਪਤਾ ਹੀ ਨਾ ਲੱਗਾ ਕਦੋਂ 1 ਸਾਲ ਲੰਘ ਵੀ ਗਿਆ ਇਸ ਦੌਰਾਨ ਲਾਲੀ ਅਕਸਰ ਕਿਰਨ ਨੂੰ ਫੋਨ ਕਰ ਲੈਂਦੀ ਦੋਵੇਂ ਸੇਲੀਆਂ ਆਪਣੇ ਦੁੱਖ ਸੁੱਖ ਕਰ ਲੈਂਦੀਆਂ ਕਦੇ ਕਦੇ ਉਹ ਕਿਰਨ ਦੇ ਨਾਲ ਸ਼ਾਪਿੰਗ ਵੀ ਚਲੀ ਜਾਂਦੀ ਕਿਰਨ ਨੇ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਆ ਕਿ ਜੈਸਥੀ ਗੋਪਾਲ ਸਿੰਘ ਦੇ ਪਰਿਵਾਰ ਦਾ ਜ਼ਿਕਰ ਉਹਦੀ ਜ਼ੁਬਾਨ ਤੇ ਨਾ ਆਵੇ ਭਾਰਤ ਵਿੱਚ ਪਾਲੇ ਦੇ ਕਾਤਲਾ ਨੂੰ ਉਮਰ ਕੈਦ ਹੋਈ ਤੇ ਕਤਲ ਦੀ ਸਾਜ਼ਿਸ਼ ਘੜਨ ਦੇ ਜੁਰਮ ਚ ਜੈਸ ਤੇ ਤਾਈ ਨੂੰ ਵੀ 8 ਸਾਲ ਕੈਦ ਹੋਈ। ਭਾਰਤ ਚ ਗੋਪਾਲ ਸਿੰਘ ਦੇ ਵਾਰੰਟ ਕੱਢ ਦਿੱਤੇ ਗਏ ਪਰ ਦੂਜਾ ਮੁਲਕ ਹੋਣ ਕਰਕੇ ਤੇ ਗੋਪਾਲ ਸਿੰਘ ਵੱਲੋਂ ਵੱਡੇ ਵਕੀਲ ਖੜੇ ਕਰ ਲੈਣ ਕਰਕੇ ਉਹਨੂੰ ਇੰਡੀਆ ਨਾ ਲਜਾਇਆ ਜਾ ਸਕਿਆ। ਦੀਪੇ ਨੂੰ ਉਸ ਨਾਲ ਅੰਤਾਂ ਦੀ ਨਫ਼ਰਤ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੇ ਮੂੜਖੇ ਕਦੇ ਵੀ ਜੈਸ ਤੇ ਘਰ ਫੋਨ ਨਾ ਕੀਤਾ ਪਰ ਉਹ ਕਦੇ-ਕਦੇ ਜੈਸ ਤੇ ਪਾਲੇ ਦੀਆਂ ਗੱਲਾਂ ਜ਼ਰੂਰ ਕਰਦੇ। ਚੈਪਟਰ 18ਵਾਂ ਨਵੇਂ ਸਾਲ 'ਚ ਨਵੀਂ ਖਬਰ ਆਈ ਲਾਲੀ ਨੇ ਇੱਕ ਦਿਨ ਦੀਪੇ ਨੂੰ ਦੱਸਿਆ ਕਿ ਕਿਰਨ ਪ੍ਰੈਗਨੈਂਟ ਐ ਦੀਪੇ ਨੇ ਖੁਸ਼ ਹੁੰਦਿਆਂ ਕਿਹਾ ਵਾਹ ਚਲੋ ਚੰਗਾ ਵਧਾਈਆਂ ਦੇਈ ਉਹਨੂੰ ਮੇਰੇ ਵੱਲੋਂ ਵੀ ਰੱਬ ਹੱਸਦਾ ਖੇਲਦਾ ਜੀ ਉਹਨਾਂ ਦੀ ਝੋਲੀ ਪਾਵੇ ਸੱਚ ਸਾਡੀ ਸਰਕਾਰ ਦਾ ਕੀ ਖਿਆਲ ਆ ਆਪਾਂ ਕਦੋਂ ਤੱਕ ਬਣਾਂਗੇ ਮੰਮੀ ਪਾਪਾ ਆਪਾਂ ਵੀ ਬਣ ਜਾਵਾਂਗੇ ਪਰ ਪਹਿਲਾਂ ਮੈਂ ਆਪਣਾ ਘਰ ਲੈਣਾ ਏ ਮੇਰੀ ਰੀਜ ਆ ਕਿ ਮੇਰਾ ਨਿਆਣਾ ਆਪਣੇ ਘਰ 'ਚ ਹੀ ਅੱਖਾਂ ਖੋਲੇ ਘਰ ਲੈ ਓ ਫੇਰ ਬਣ ਜਾਏ ਓ ਪਾਪਾ ਜਿੰਨੀ ਵਾਰ ਵੀ ਬਣ ਲੈ ਲਾਲੀ ਨੇ ਸ਼ਰਾਰਤ ਨਾਲ ਅੱਖ ਦੱਬਦਿਆਂ ਕਿਆ ਘਰ ਜਿੰਨੇ ਕਹੋ ਮੇਰੀ ਸਰਕਾਰ ਮੈਂ ਚਾਹਣਾ ਘਰ ਥੋੜਾ ਚੰਗਾ ਹੀ ਲਈਏ ਅੱਜ ਕੱਲ 7-8 ਲੱਖ ਡਾਲਰ ਤੋਂ ਘੱਟ ਚੰਗਾ ਘਰ ਨਹੀਂ ਮਿਲਦਾ ਉੱਪਰੋਂ 25% ਨਕਦ ਦੇਣਾ ਪੈਂਦਾ ਮੇਰੇ ਕੋਲ ਜੋੜਿਆ ਹੋਇਆ ਪਾਣੀ ਕੁ 2 ਲੱਖ ਡਾਲਰ ਬਸ 2 ਕੁ ਮਹੀਨੇ اٹਕ ਜਾ ਚੰਨੀਏ ਕਰ ਦੂੰ ਤੇਰੀ ਹਰ ਰੀਜ ਪੂਰੀ ਇਹ ਕਹਿੰਦੇ ਆ ਦੀਪੇ ਨੇ ਲਾਲੀ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ ਇੱਕ ਦਿਨ ਦੀਪੇ ਦਾ ਫੋਨ ਵੱਜਿਆ ਕੋਈ ਇੱਕ ਕੁੜੀ ਦੀ ਆਵਾਜ਼ ਆਈ ਸਤਿ ਸ੍ਰੀ ਅਕਾਲ ਭਾਜੀ ਮੈਂ ਮਾੜੋ ਬੋਲਦੀ ਆਂ ਪਿੰਡੋਂ ਸਤਿ ਸ੍ਰੀ ਅਕਾਲ ਮਾੜੋ ਕੀ ਹਾਲ ਚਾਲਾ ਤੇਰਾ ਤਕੜੀ ਹਾਂਜੀ ਭਾਜੀ ਮੈਂ ਠੀਕ ਆ ਆਹ ਲੋ ਬੀਬੀ ਨਾਲ ਗੱਲ ਕਰ ਲੋ ਕੁਝ ਪਲਾਂ ਬਾਅਦ ਦੀਪੇ ਨੂੰ ਚਿੰਤੀ ਮਾਈ ਦੀ ਆਵਾਜ਼ ਸੁਣਾਈ ਦਿੱਤੀ ਸਤਿ ਸ੍ਰੀ ਅਕਾਲ ਪੁੱਤਾ ਕਿੱਦਾਂ ਤਕੜਾ ਹਾਂ ਮਾਈ ਜੀ ਮੈਂ ਤਕੜਾ ਹਾਂ ਤੂੰ ਸੁਣਾ ਕਿਦਾਂ ਦੇਖਿਆ ਕੋਈ ਮੁੰਡਾ ਮਾੜੋ ਲਈ ਹਾਂ ਪੁੱਤ ਤਾਈਓ ਫੋਨ ਕੀਤਾ ਤੈਨੂੰ ਆਪਾਂ ਮਾੜੋ ਮੰਗ ਲਈ ਆ ਅਨਾਲ ਦੇ ਪਿੰਡ ਗਾਜੀਪੁਰ ਅਗਲੇ ਮਹੀਨੇ ਦਾ ਵਿਆਹ ਰੱਖਤਾ ਪੁੱਤਰਾ ਜੇ ਆ ਸਕਦਾ ਤਾਂ ਅੱਜ ਚਿੰਤੀ ਨੇ ਬੜੇ ਉਤਸ਼ਾਹ ਨਾਲ ਦੱਸਦੇ ਹੋਏ ਦੀਪੇ ਨੂੰ ਸੱਦਾ ਦਿੱਤਾ ਮਾਈ ਤੈਨੂੰ ਬਹੁਤ-ਬਹੁਤ ਵਧਾਈਆਂ ਮੇਰੇ ਕੋਲੋਂ ਆ ਤਾਂ ਨਹੀਂ ਹੋਣਾ ਪਰ ਤੂੰ ਦੱਸ ਦੇ ਕਿੰਨੇ ਕੁ ਪੈਸਿਆਂ ਨਾਲ ਸਰਜੂ ਤੇਰਾ ਦੀਪੇ ਨੇ ਸਿੱਧਾ ਮੁੱਦੇ ਤੇ ਆਉਂਦੇ ਆ ਕਿਆ ਪੁੱਤ ਮੁੰਡੇ ਵਾਲੇ ਚੰਗੇ ਆ ਕਹਿੰਦੇ ਆ ਅਸੀਂ ਪੰਜ ਬੰਦਿਆਂ ਨੇ ਚਾਹ ਪੀ ਕੇ ਮਾੜੋ ਨੂੰ ਲੈ ਜਾਣਾ ਪਰ ਮੈਂ ਸੋਚਦੀ ਆਂ ਵੀ ਚੱਲੇ ਮਾਮਛੋਰਾ ਇਹਦਾ ਕਾਜ ਥੋੜਾ ਚੰਗਾ ਹੋ ਜੇ ਉਹ ਤੇ ਮੇਰੇ ਕੋਲ 50000 ਰੁਪਇਆ ਹੈਗਾ ਜੋੜਿਆ ਹੋਇਆ ਜੇ ਇੰਨਾ ਕੁ ਹੋਰ ਹੋ ਜਾਏ ਤਾਂ ਸਾਡਾ ਸਰ ਜਾਏ ਚਿੰਤੀ ਨਹੀਂ ਚੱਕਦੇ ਚੱਕਦੇ ਕਿਆ ਉਹ ਮਾਈ 50000 ਨਾਲ ਕੁਛ ਨਹੀਂ ਬਣਨਾ ਮੈਂ ਦੇਖਦਾ ਕਿਨੇ ਕੁ ਭੇਜ ਭੇਜ ਹੁੰਦੇ ਆ ਹੱਥੋਂ ਕਿਸੇ ਕੋਲੋਂ ਪੈਸੇ ਲੈਣਿਆ ਮੈਂ ਆਸ ਆਪੇ 1.5 ਲੱਖ ਤਾਂ ਮਿਲੀ ਜਾਊ ਤੂੰ ਗੱਜ-ਬੱਜ ਕੇ ਵਿਆਹ ਪੋਤੀ ਨੂੰ ਉਹਦੇ ਚਾਹ ਪੂਰੇ ਕਰ ਦੇ ਦੀਪੇ ਨੇ ਹੱਸਦਿਆਂ ਕਿਆ ਆ ਤਾਂ ਰੱਬ ਛੱਤ ਪਾੜ ਕੇ ਬੌਣ ਪਿਆ ਵੇ ਪੁੱਤਰਾ ਤੈਨੂੰ ਮੇਰੀ ਉਮਰ ਲੱਗ ਜੇ ਰੱਬ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਦੁੱਧ ਪੁੱਤ ਹੰਡਾਵੇਂ ਉੱਪਰ ਵਾਲਾ ਤੈਨੂੰ ਪਾਤਸ਼ਾਹੀਆਂ ਬਖਸ਼ੇ ਤੇਰੀਆਂ 9 ਨਿਦਾਂ ਤੇ 12 ਸਿੱਧਾਂ ਹੋ ਜਾਣ ਮਾਈ ਅਸੀਸਾਂ ਦੇ ਅੰਬਾਰ ਲਈ ਜਾ ਰਹੀ ਸੀ ਮਾਈ ਤੇਰੇ ਮੁੰਡੇ ਦਾ ਕਿਦਾਂ ਵਿਆਹ ਚਾਹੂ ਕਿ ਨਹੀਂ ਪਤਨੀ ਬੈਠਾ ਹੋਣਾ ਉਸ ਕਮਜਾਦ ਦੀ ਬੁੱਕਲ 'ਚ ਰਨਮੁਰੀਦ ਕਿਸੇ ਥਾਂ ਦਾ ਇਹੋ ਜਿਹੀਆਂ ਸੁਗਾਤਾਂ ਕਿੱਥੋਂ ਮਾਵਾ ਦੇ ਪੁੱਤ ਮੋੜਦੀਆਂ ਐ ਚੱਲ ਹੁਣ ਸ਼ੋਦਾ ਆਵੇ ਜਾਂ ਨਾ ਆਵੇ ਮੈਂ ਕੀ ਲੈਣਾ ਉੰਤਰੇ ਤੋਂ ਮੇਰਾ ਹੁਣ ਸਰ ਜਾਣਾ ਠੱਠੇ ਖੂਜ ਪੈਣ ਰੰਨ ਖਸਮ ਮੈਂ ਤਾਂ ਕਹਿਨੀ ਆ ਇਹਨਾਂ ਦੇ ਨਿਆਣੇ ਵੀ ਇਹਨਾਂ ਦੇ ਢੂਏ 'ਚ ਇਦਾਂ ਹੀ ਲੱਤ ਮਾਰਨ ਜਿਦਾਂ ਇਹਨਾਂ ਮੇਰੇ ਮਾਰੀ ਆ ਚਿੰਤੀ ਮਾਈ ਨੇ ਆਪਣੇ ਨੂੰਹ ਪੁੱਤ ਨੂੰ ਗਾਲਾਂ ਦਾ ਭਰਮਾ ਪਰਾਗਾ ਦਿੱਤਾ ਚਿੰਤੀ ਮਾਈ ਦੀ ਕਾਲ ਮਗਰੋਂ ਦੀਪੇ ਨੇ ਵੀਰੇ ਨੂੰ ਫੋਨ ਕਰ ਲਿਆ ਫੋਨ ਤੇ ਆਉਂਦੇ ਆ ਵੀਰਾ ਜੀ ਕਿਆ ਕਿਦਾਂ ਬੁਲੈਤੀ ਆ ਬੜੇ ਦਿਨਾਂ ਬਾਅਦ ਚਿੱਤਾ ਆਇਆ ਸਾਡਾ ਲੱਗਦਾ ਪਰਜਾਈ ਨੇ ਯਾਰਾਂ ਨਾਲ ਗੱਲਬਾਤ ਕਰਨ ਤੇ ਪਾਬੰਦੀ ਲਾਤੀ ਆਹੋ ਤੂੰ ਤਾਂ ਮੈਨੂੰ ਫੋਨ ਕਰ ਕਰਕੇ ਕਮਲਾ ਹੋਇਆ ਪਿਆ ਮੈਂ ਹੀ ਨਹੀਂ ਕਰਦਾ ਤੈਨੂੰ ਹੈਨਾ ਦੀਪੇ ਨੇ ਹਾਜ਼ਰ ਜਵਾਬੀ ਦਿਖਾਈ ਆਹੋ ਯਾਰ ਕਮਾਂਕਾਰਾਂ ਚ ਬਸ ਟਾਈਮ ਹੀ ਨਹੀਂ ਲੱਗਦਾ ਹੋਰ ਸੁਣਾ ਨਵੀਂ ਤਾਜੀ ਵੀਰੇ ਨੇ ਹਥਿਆਰ ਸੁੱਟਦਿਆਂ ਕਿਆ ਵੀਰੇ ਮੈਂ ਹੱਥੇ ਪੈਸੇ ਦੇਣੇ ਕਿਸੇ ਨੂੰ ਨਾਲੇ ਉਹ ਪਾਲਲੇ ਦੇ ਮਰਗ ਤੇ ਕਿੰਨੇ ਲੱਗੇ ਸੀ ਤੇ ਬਾਕੀ ਕਿੰਨੇ ਕ ਰਹਿੰਦੇ ਦੀਪੇ ਨੇ ਸਿੱਧਾ ਮੁੱਦੇ ਤੇ ਆਉਂਦੇ ਆ ਕਿ ਤੇਰਾ 2 ਲੱਖ ਰੁਪਈਆ ਮੈਂ ਕੱਢ ਕੇ ਰੱਖਿਆ ਹੋਇਆ ਦੱਸ ਦੇ ਜਿਹਨੂੰ ਦੇਣਾ ਪੜਾਉਨਾ ਵੀਰਾ ਹੁਬ ਕੇ ਬੋਲੇਆ ਚੰਗਾ ਫਿਰ 2 ਲੱਖ ਜਾ ਕੇ ਚਿੰਤੀ ਮਾਈ ਨੂੰ ਦੇ ਆ ਉਹਨੇ ਪੋਤੀ ਦਾ ਵਿਆਹ ਰੱਖਿਆ ਮੈਂ ਉਹਦੇ ਨਾਲ ਕਰਾਰ ਕੀਤਾ ਸੀ ਵੀ ਕੁੜੀ ਦਾ ਵਿਆਹ ਮੈਂ ਕਰੂੰ ਛੇਤੀ ਦੇ ਆਈਂ ਅਗਲਿਆਂ ਨੂੰ ਅਗਲਿਆਂ ਨੇ 100 ਦਾਜ ਵਰੀ ਬਣਾਉਣੀ ਹੁੰਦੀ ਐ ਮੈਂ ਅੱਜ ਹੀ ਦੇ ਆਉਣਾ ਹਾ ਤਾਂ ਤੂੰ ਚੰਗਾ ਕੀਤਾ ਯਾਰ ਕਰਜ਼ਾਂੋਂ ਛੁੱਟੇ ਗੰਗਾ ਨਾਏ ਪਰ ਇੱਕ ਗੱਲ ਦੱਸ ਤੂੰ ਨਿੱਕਾ ਹੁੰਦਾ ਤਾਂ ਇੰਨਾ ਚੰਗਾ ਨਹੀਂ ਸੀ ਹੁੰਦਾ ਕੈਨੇਡਾ ਜਾ ਕੇ ਤਾਂ ਪਤੰਦਰਾ ਦੇ ਦਿੱਤਾ ਹੀ ਬਣ ਗਿਆ ਵੀਰੇ ਨੇ ਸੰਜੀਦਗੀ ਨਾਲ ਕਿਹਾ ਵੀਰੇ ਕੀ ਲੈ ਜਾਣਾ ਦੁਨੀਆ ਤੋਂ ਜੇ ਕਿਸੇ ਲੋੜਵੰਦ ਦੇ ਕੰਮ ਨਾ ਆਏ ਤਾਂ ਪੈਸਾ ਚਟਣਾ ਆਪਾਂ ਸਬਰ ਸੁਬੂਰੀ ਨਾਨਕਾ ਲੇਖਾ ਕਰਤੀ ਪਾਸ ਜੇ ਬੰਦੇ ਦੀ ਨੀਤ ਚੰਗੀ ਹੋਵੇ ਤਾਂ ਰੱਬ ਵੀ ਦੇਣ ਵਾਲੀ ਕੋਈ ਕਸਰ ਨਹੀਂ ਛੱਡਦਾ ਯਾਰ ਓਦਾਂ ਤੇਰੇ ਨਾਲ ਟੀਚਰ ਮਸ਼ਕਰੀ ਬਥੇਰੀ ਕਰ ਲਈਦੀ ਆ ਤੇਰੇ ਤੇ ਮਾਣ ਆ ਮੇਰੇ ਯਾਰਾ ਤੇਰੇ ਬਾਰੇ ਜਦੋਂ ਲੋਕ ਚੰਗਾ ਬੋਲਦੇ ਆ ਤਾਂ ਆਪਾਂ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਪਈ ਉਹ ਆਪਣਾ ਯਾਰ ਆ ਮਿੱਤਰਾ ਇਦਾਂ ਦਾ ਹੀ ਰਹੀਂ ਸਦਾ ਵੀਰਾ ਵੀ ਭਾਵੁਕ ਹੋ ਗਿਆ ਚੱਲ ਵੀਰੇ ਪੈਸੇ ਫੜਾਂ ਆਂ ਆਪਾਂ ਕਰਦੇ ਆਂ ਫੇਰ ਗੱਲ ਚੰਗਾ ਸਤਿ ਸ਼੍ਰੀ ਅਕਾਲ ਇਹ ਕਹਿੰਦੇ ਆਂ ਦੀਪੇ ਨੇ ਫੋਨ ਕੱਟ ਦਿੱਤਾ ਹੁਣ ਦੀਪੇ ਦਾ ਪੂਰਾ ਧਿਆਨ ਇੱਕ ਨਵਾਂ ਘਰ ਲੈਣ ਤੇ ਟਿਕ ਗਿਆ ਉਹਨੇ ਇੱਕ ਰੀਅਲ ਏਸਟੇਟ ਏਜੰਟ ਨਾਲ ਗੱਲ ਕੀਤੀ ਤੇ ਉਹਨੂੰ ਆਪਣੀ ਪਸੰਦ ਦੱਸਦੇ ਹੋਏ ਨਵੇਂ ਵਿਕਾਊ ਘਰ ਦਿਖਾਉਣ ਦੀ ਬੇਨਤੀ ਕੀਤੀ ਅਗਲੇ 2-3 ਮਹੀਨੇ ਉਹ ਤੇ ਲਾਲੀ ਤਕਰੀਬਨ ਹਰ ਦੂਜੇ ਤੀਜੇ ਦਿਨ ਘਰ ਦੇਖਣ ਜਾਂਦੇ ਰਹੇ ਲਾਲੀ ਨੂੰ ਹੁਣ ਕੈਨੇਡਾ ਆਏ ਨੂੰ ਪੌਣੇ 2 ਸਾਲ ਹੋ ਚੁੱਕੇ ਸੀ ਉਨੁਆਲੇ ਦਿਵਾਲੇ ਉੰਕਰਾਂ ਬਾਰੇ ਕਾਫੀ ਜਾਣਕਾਰੀ ਮਿਲ ਚਈ ਸੀ ਇਸ ਲਈ ਉਹ ਹਰ ਘਰ ਦੀ ਘੋਕ ਪੜਤਾਲ ਬੜੀ ਬਰੀਕੀ ਨਾਲ ਕਰਦੀ ਤੇ ਕਿਸੇ ਨਾ ਕਿਸੇ ਵਜ੍ਹਾ ਤੋਂ ਰੱਦ ਕਰ ਦਿੰਦੀ ਆਖਰ ਉਹਨਾਂ ਦੀ ਮਿਹਨਤ ਕੰਮ ਆਈ ਤੇ ਉਹਨਾਂ ਨੂੰ ਇੱਕ ਘਰ ਪਸੰਦ ਆ ਗਿਆ ਸਰੀ ਦੇ ਨਿਊਟਨ ਇਲਾਕੇ ਚ 5 ਕਮਰਿਆਂ ਦਾ ਇਹ ਘਰ ਕਾਫੀ ਵੱਡੇ ਪਲਾਟ ਤੇ ਬਣਿਆ ਹੋਇਆ ਸੀ ਘਰ 4 ਕਸਾਲ ਪੁਰਾਣਾ ਸੀ ਤੇ ਬਹੁਤ ਸੰਭਾਲਿਆ ਹੋਇਆ ਸੀ ਆਖਰ 7.5 ਲੱਖ ਡਾਲਰ ਚ ਘਰ ਦਾ ਸੌਦਾ ਹੋ ਗਿਆ ਤੇ ਲਾਲੀ ਸਹੀ ਮੈਨੇ ਅੱਜ ਘਰ ਵਾਲੀ ਹੋ ਗਈ। ਇਸ ਦੌਰਾਨ ਲਾਲੀ ਨੂੰ ਫੁੱਲ ਟਾਈਮ ਕੰਮ ਲੱਗ ਗਿਆ। ਉਹ ਸਵੇਰੇ 8 ਵਜੇ ਕੰਮ ਤੇ ਲੱਗਦੀ, ਸ਼ਾਮ ਨੂੰ 5 ਵਜੇ ਕੰਮ ਤੋਂ ਹਟਦੀ। ਹੁਣ ਲਾਲੀ ਨੇ ਦੀਪੇ ਨੂੰ ਬੱਚੇ ਦੀ ਕੋਸ਼ਿਸ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਤੇ ਆਪਣੇ ਸਾਰੇ ਗਰਭ ਰੋਕੂ ਆਉਣ-ਪਾਉਣ ਕਰਨੇ ਬੰਦ ਕਰ ਦਿੱਤੇ। ਇਨੀ ਦਿਨੀ ਇੱਕ ਹੋਰ ਇਤਫਾਕ ਵਾਪਰਿਆ। ਨਵੇਂ ਘਰ ਦੇ ਨੇੜੇ ਇੱਕ ਵੱਡੀ ਪਾਰਕ ਖੋਣ ਕਰਕੇ ਅਕਸਰ ਲਾਲੀ ਦੇ ਮੰਮੀ ਡੈਡੀ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਚਲੇ ਜਾਂਦੇ। ਇੱਕ ਦਿਨ ਉਹ ਜਦੋਂ ਸੈਰ ਕਰਕੇ ਵਾਪਸ ਆ ਰਹੇ ਸੀ ਤੇ ਉਹਨਾਂ ਦੇ ਘਰ ਤੋਂ ਤੀਜੇ ਘਰ ਚੋਂ ਇੱਕ ਕੁੜੀ ਨਿਕਲ ਕੇ ਆਪਣੀ ਕਾਰ ਵੱਲ ਤੁਰਿਆ ਰਹੀ ਸੀ ਕੁੜੀ ਦੀ ਨਜ਼ਰ ਜਦੋਂ ਉਹਨਾਂ ਤੇ ਪਈ ਤਾਂ ਇੱਕਦਮ ਜੋਸ਼ ਚ ਆ ਕੇ ਕਹਿਣ ਲੱਗੀ ਪ੍ਰਕਾਸ਼ ਮੈਂ ਤੁਸੀਂ ਇਹ ਵਾਸ ਸੁਣ ਕੇ ਜਿਉਂ ਹੀ ਪ੍ਰਕਾਸ਼ ਕੌਰ ਨੇ ਉਸ ਕੁੜੀ ਵੱਲ ਦੇਖਿਆ ਤਾਂ ਉਹਨੇ ਵੀ ਕੁੜੀ ਨੂੰ ਪਛਾਣਦੇ ਹੋਏ ਕਿਹਾ ਅਰੇ ਸੀਰਤ ਬੇਟਾ ਤੁਸੀਂ ਤੁਸੀਂ ਇੱਥੇ ਕਿੱਦਾਂ ਇਸ ਵਿੱਚੋਂ ਪ੍ਰਕਾਸ਼ ਕੌਰ ਪ੍ਰੇਮ ਸਿੰਘ ਵੱਲ ਮੁੜਦਿਆਂ ਕਹਿਣ ਲੱਗੀ ਇਹ ਮੇਰੀ ਸਟੂਡੈਂਟ ਹੈ ਚੱਕਾਂ ਤੋਂ 10ਵੀਂ ਵਿੱਚ ਮੇਰੇ ਕੋਲ ਹੀ ਪੜ੍ਹਦੀ ਸੀ ਪੂਰੀ ਲਾਈਕ ਸਟੂਡੈਂਟ ਸੀ ਸਿਰਤ ਨੇ ਪ੍ਰੇਮ ਸਿੰਘ ਨੂੰ ਵੀ ਸੱਸੀ ਕੱਲ ਬੁਲਾਈ ਜ਼ਿੱਦ ਕਰਕੇ ਤੇ ਇਹਨਾਂ ਦੋਹਾਂ ਨੂੰ ਆਪਣੇ ਘਰ ਲੈ ਗਈ ਘਰ ਲੈ ਜਾ ਕੇ ਚਾਹ ਪਲਾਉਂਦੇ ਆ ਉਹਨੇ ਦੱਸਿਆ ਕਿ ਉਹ ਤੇ ਉਹਦਾ ਹਸਬੰਡ ਉਪਕਾਰ ਪਿਛਲੇ 5 ਕਸਾਲਾਂ ਤੋਂ ਇੱਥੇ ਰਹਿ ਰਹੇ ਹੈ ਉਪਕਾਰ ਆਪਣੇ ਮਾਪਿਆਂ ਨਾਲ ਕੈਨੇਡਾ ਆਇਆ ਸੀ ਤੇ ਬਾਅਦ ਵਿੱਚ ਇੰਡੀਆ ਜਾ ਕੇ ਸਿਰਤ ਨੂੰ ਵਿਆਹ ਲਿਆਇਆ ਸਿਰਤ ਨੇ ਦੱਸਿਆ ਕਿ ਉਹ ਦੋਵੇਂ ਤੀਵੀ ਆਦਮੀ ਇੱਕ ਕੋਰੀਅਰ ਕੰਪਨੀ ਦੇ ਵੇਅਰ ਹਾਊਸਟ ਕੰਮ ਕਰਦੇ ਹੈ ਇਤੇ ਉਪਕਾਰ ਸੁਪਰਵਾਈਜ਼ਰ ਹੈ ਉਹਨਾਂ ਦੇ ਬੈਠੇ ਉਪਕਾਰ ਵੀ ਗ੍ਰੋਸਰੀ ਖਰੀਦ ਕੇ ਆ ਗਿਆ ਤੇ ਸੀਰਤ ਨੇ ਬੜੇ ਚਾਰ ਨਾਲ ਆਪਣੇ ਟੀਚਰ ਨੂੰ ਆਪਣੇ ਪਤੀ ਨਾਲ ਮਿਲਾਇਆ ਗੱਲਾਂ ਦੌਰਾਨ ਸੀਰਤ ਨੇ ਦੱਸਿਆ ਕਿ ਉਪਕਾਰ ਆਪਣੀ ਕੰਪਨੀ ਚ ਸੁਪਰਵਾਈਜ਼ਰ ਹੈ ਇਸ ਲਈ ਜੇ ਕਿਤੇ ਕਿਸੇ ਨੂੰ ਕੰਮ ਦੀ ਲੋੜ ਹੋਵੇ ਤਾਂ ਰਖਵਾ ਸਕਦਾ ਹੈ ਪ੍ਰਕਾਸ਼ ਕੌਰ ਨੇ ਘਰ ਜਾ ਕੇ ਬੜੇ ਉਤਸ਼ਾਹ ਨਾਲ ਲਾਲੀ ਨੂੰ ਵੀ ਸੀਰਤ ਬਾਰੇ ਦੱਸਿਆ ਲਾਲੀ ਇਹ ਸੁਣ ਕੇ ਬਹੁਤ ਖੁਸ਼ ਹੋਈ ਕਿ ਉਹਨਾਂ ਦੀ ਗਵੰਡ ਜੀ ਕੋਈ ਜਾਣ ਪਛਾਣ ਵਾਲਾ ਟੱਕਰ ਗਿਆ ਫਨਵਾੰਤ ਚਲਦਾ